हैप्पी होली। हैप्पी होली लुधियाना वासियों की तरफ से एक हार्दिक बधाई। जिस तरह होली फेस्टिवल चल रहा है अज आए गोबिंद गोधाम इतने फेस्टिवल चल रहा होली का लोग उत्साह मना रहे हैं रंगा की होली फुला की होली खेल रहे हैं आप हम दिखाने तो मिलाने लोगों के गल बात करते हैं इन्हों के ऑर्गेनाइजर भी मिलाने तकरीबन 15 साल तो इत्थे हैगा हर साल रश वधदा जा रहा है नवीं दे नवीं चीज़ां इत्थे पेश कीतियां जा रही जिहदा जिहड़े भगत हैगे इन्ना मतलब लुत्फ उठाने है तो भगती लहर इस तरह की हो जाती है भी हर बंदा भगती च हो जाता हर साल जिवें देखे जाए जी इत्थे फुला की होली बहुत फेमस है तो इस बार रंगा की होली भी देखने मिली जी
ਦੇਖੋ ਅਸੀਂ ਕੋਈ ਇਸ ਤਰ੍ਹਾਂ ਦਾ ਰੰਗ ਆਪਣੀ ਤਰਫ ਤੇ ਅਲਾਓ ਨਹੀਂ ਕਰਦੇ ਕਿਸੇ ਬੰਦੇ ਨੂੰ। ਅਸੀਂ ਖੁਦ ਆਪਣਾ 10 ਕੁਇੰਟਲ ਫੁੱਲ ਕਲਕੱਤੇ ਦੇ ਮੰਗਵਾਏ ਸਪੈਸ਼ਲ, ਜਿਹਨਾਂ ਦੀ ਇੱਥੇ ਵਰਖਾ ਹੋਈ ਆਪਣਾ ਲਗਾਤਾਰ ਆਪਣਾ ਸਵੇਰੇ ਆਪਣਾ 10:30 ਤੋਂ ਸ਼ੁਰੂ ਹੋ ਕੇ ਹੁਣ ਤੱਕ ਚੱਲਦੀ ਰਹੀ ਹੈ। ਅਤੇ ਸਾਡੀ ਤਰਫ ਤੋਂ ਕੋਈ ਰੰਗ ਦਾ ਉਹ ਨਹੀਂ ਹੈ, ਲੇਕਿਨ ਪਬਲਿਕ ਇਹਨੂੰ ਜ਼ਿਆਦਾ ਖੁਸ਼ਹਾਲ ਕਰਨ ਵਾਸਤੇ ਥੋੜ੍ਹਾ ਬਹੁਤ ਗੁਲਾਲ ਵਗੈਰਾ ਆਪਣੇ ਨਾਲ ਲਿਆਉਂਦੇ। ਸਰ, ਜਿਸ ਤਰ੍ਹਾਂ ਮਥੁਰਾ ਵਰਿੰਦਾਵਨ ਦੀ ਹੋਲੀ ਬਹੁਤ ਫੇਮਸ ਹੈ, ਤਾਂ ਕੀ ਆਪਾਂ ਇਸ ਨੂੰ ਗੋਬਿੰਦ ਗੋਧਾਮ ਨੂੰ ਆਪਾਂ ਛੋਟਾ ਵਰਿੰਦਾਵਨ ਕਹਿ ਸਕਦੇ ਹਾਂ? ਹੈ ਹੀ ਛੋਟਾ ਵਰਿੰਦਾਵਨ, ਅਸੀਂ ਤਾਂ ਖੈਰ ਛੋਟਾ ਨਹੀਂ ਸਮਝਦੇ, ਅਸੀਂ ਤਾਂ ਉਸੇ ਲੈਵਲ 'ਤੇ ਇਹਨੂੰ ਲੈ ਕੇ ਗਏ ਹੋਏ ਹਾਂ ਔਰ ਅੱਗੇ ਵੱਧਦੇ ਜਾਵਾਂਗੇ। ਅਤੇ ਤੁਸੀਂ ਵੀ 2-3 ਵਾਰ ਦੇਖ ਚੁੱਕੇ ਹੋ ਸਵੇਰ ਦੇ ਕਿੰਨੀ ਪਬਲਿਕ ਸੀਗੀ, ਕਿਸ ਤਰ੍ਹਾਂ ਦੀ ਇੱਥੇ ਆਪਣਾ ਇੰਜੋਇਮੈਂਟ ਕਰ ਰਹੇ ਹਾਂ, ਕਿਸ ਤਰ੍ਹਾਂ ਇੱਥੇ ਫੁੱਲਾਂ ਦੀ ਹੋਲੀ ਹੋ ਰਹੀ ਹੈ, ਕਿਸ ਤਰ੍ਹਾਂ ਦੀ ਇੱਥੇ ਸਜਾਵਟਾਂ ਹੋਈਆਂ ਹੋਈਆਂ। ਅਤੇ ਹੋਲੀ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਫੈਸਟੀਵਲ ਇੱਥੇ ਸੈਲੀਬ੍ਰੇਸ਼ਨ ਕੀਤੇ ਜਾਂਦੇ? ਦੇਖੋ, ਸਾਡੇ ਸਾਲ ਵਿੱਚ 7-8 ਫੈਸਟੀਵਲ ਇੱਦਾਂ ਦੇ ਜਿਹੜੇ ਐਸੇ ਲੈਵਲ 'ਤੇ ਸੈਲੀਬ੍ਰੇਟ ਕੀਤੇ ਜਾਂਦੇ। ਦੂਸਰਾ ਇੱਕ ਮੈਂਗੋ ਉਤਸਵ ਆਉਂਦਾ ਹੈ, ਉਹਦੇ 'ਚ ਵੀ ਇੰਨਾ ਹੀ ਰਸ਼ ਹੁੰਦਾ ਅਤੇ ਇੰਨੀ ਇੰਜੋਇਮੈਂਟ ਹੁੰਦੀ ਹੈ। ਦੂਸਰਾ ਇੱਕ ਆਉਂਦੀ ਹੈ ਆਪਣਾ ਜਨਮ ਅਸ਼ਟਮੀ, ਜਿਹੜੀ ਸਾਰੇ ਸੰਸਾਰ 'ਚ ਮਨਾਈ ਜਾਂਦੀ ਹੈ, ਉਹ ਵੀ ਵਰਿੰਦਾਵਨ ਦੇ ਲੈਵਲ 'ਤੇ ਇੱਥੇ ਸੈਲੀਬ੍ਰੇਟ ਕੀਤੀ ਜਾਂਦੀ ਹੈ। ਤੁਸੀਂ ਸੁਸਾਇਟੀ ਵਾਸਤੇ, ਸਮਾਜ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ? ਸਮਾਜ ਵਾਸਤੇ ਅਸੀਂ ਇਹੀ ਮੈਸੇਜ ਦਿੰਦੇ ਹਾਂ ਵੀ ਇਹਨਾਂ ਚੀਜ਼ਾਂ ਦੀ ਜਿਹੜੀ ਜ਼ਿਆਦਾ ਜ਼ਿਆਦਾ ਆਪਣੇ ਛੋਟੀ ਜਨਰੇਸ਼ਨ ਨੂੰ ਸਮਝਾਉਣ ਚੀਜ਼ਾਂ, ਅਤੇ ਇਹ ਲੱਗਣ 'ਚ ਲੱਗਣ ਬਜਾਏ ਇਹਦੇ ਕਿ ਇੱਧਰ ਉੱਧਰ ਆਪਾਂ ਦੂਸਰੇ ਕੰਮਾਂ 'ਚ ਜਾਈਏ, ਇਹਦੇ ਵਿੱਚ ਵੀ ਥੋੜ੍ਹਾ ਜਿਹਾ ਟਾਈਮ ਸਪੈਂਡ ਕਰਕੇ ਬੱਚਿਆਂ ਨੂੰ ਇਸ ਲਾਈਨ 'ਤੇ ਲਿਆ, ਤਾਂ ਕਿ ਜਿਹੜਾ ਆਉਣ ਵਾਲੀ ਪੀੜ੍ਹੀਆਂ ਚੰਗੇ ਲੈਵਲ 'ਤੇ ਚੱਲਣ। ਵਰਿੰਦਾਵਨ ਨੂੰ ਵੀ ਭੁਲਾ ਦਿੰਦਾ ਕਿ ਵਰਿੰਦਾਵਨ ਕੀ ਚੀਜ਼ ਹੈ। ਲੋਕੀ ਇੱਥੇ ਮਸਤ ਹੋ ਜਾਂਦੇ, ਦੀਵਾਨੇ ਹੋ ਜਾਂਦੇ ਆ। ਮੈਂ ਵੀ ਦੀਵਾਨੀ ਆ, ਮੈਂ ਹੋਲੀ 'ਤੇ ਤਾਂ ਖਾਸ ਕਰਕੇ ਦੀਵਾਨੀ ਹੋਈ। ਹੋਲੀ ਇੱਕ ਪਵਿੱਤਰ ਤਿਉਹਾਰ ਹੈ ਕਿ ਕੋਈ ਦੁਸ਼ਮਣੀ, ਕੋਈ ਆਪਣੇ ਝਗੜੇ ਮਿਟਾ ਕੇ ਬੰਦਾ ਆਪਣੇ ਰੰਗਾਂ 'ਚ ਰੰਗ ਜਾਂਦਾ। ਮੈਂ ਕਹਿੰਦੀ ਹਾਂ ਕਿ ਹਰ ਇੱਕ ਇਨਸਾਨ ਨੂੰ ਹੋਲੀ ਦੇ ਤਿਉਹਾਰ 'ਤੇ ਇੱਕ ਦੂਜੇ ਨਾਲ ਗਿਲੇ ਸ਼ਿਕਵੇ ਦੂਰ ਕਰਨੇ ਚਾਹੀਦੇ, ਪ੍ਰੇਮ ਪੂਰਵਕ ਉਹਨੂੰ ਅਪਣਾਉਣਾ ਚਾਹੀਦਾ। ਇਹ ਕਹਿੰਦੇ ਵੀ ਗੋਬਿੰਦ ਗੋਧਾਮ ਦੀ ਹੋਲੀ ਜਿਹੜੀ ਫੁੱਲਾਂ ਦੀ ਵਰਖਾ ਕਰੇ ਬਹੁਤ ਫੇਮਸ ਹੈ, ਬਟ ਇਸ ਵਾਰ ਰੰਗ ਵੀ ਦੇਖਣ ਨੂੰ ਮਿਲਿਆ, ਇਹਦੇ ਬਾਰੇ ਤੁਸੀਂ ਕਰਨਾ? ਰੰਗ ਦੇਖਣ ਨੂੰ ਮਿਲੇ, ਹਾਂ ਵੈਸੇ ਤਾਂ ਇੱਥੇ ਫੁੱਲਾਂ ਦੀ ਹੀ ਹੋਲੀ ਖੇਡੀ ਜਾਂਦੀ ਹੈ। ਸਪੈਸ਼ਲ ਇਹ ਫੇਮਸ ਹੈ, ਮਸ਼ਹੂਰ ਹੈ ਕਿ ਇੱਥੇ ਬਕਾਇਦਾ ਸਿਕਿਉਰਿਟੀ ਹੁੰਦੀ ਹੈ ਕਿ ਚੈੱਕ ਕਰਕੇ ਹੀ ਅੰਦਰ ਆਉਣ ਦਿੰਦੇ ਹੈ ਕਿ ਕੋਈ ਰੰਗ ਨਾ ਲੈ ਕੇ ਆਵੇ। ਲੇਕਿਨ ਕਈ ਲੋਕ ਲੈ ਆਉਂਦੇ ਰੰਗ, ਕੋਈ ਯੰਗ ਬੱਚੇ ਆ ਉਹਨੂੰ ਕਿੱਥੇ ਕਿੱਥੇ ਛੁਪਾ ਕੇ ਲਿਆਉਂਦੇ, ਕੁਛ ਨਹੀਂ ਕਿਹਾ ਜਾ ਸਕਦਾ। ਠੀਕ ਹੈ, ਚਾਹੁੰਦੀ ਹਾਂ ਕਿ ਦੇਖੋ ਕੋਈ ਵੀ ਗਿਲੇ ਸ਼ਿਕਵੇ ਸਭ ਭੁਲਾ ਕੇ ਬਸ ਆਪਣੇ ਰਿਸ਼ਤੇ ਨਾਤੇ ਨੂੰ ਇੱਕ ਪੱਕਾ ਕਰੋ। ਹੋਲੀ ਇੱਕ ਪਵਿੱਤਰ ਤਿਉਹਾਰ ਹੈ, ਹੋਲੀ ਦਾ ਮਤਲਬ ਹੈ ਕਿ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ। ਮਤਲਬ ਬਹੁਤ ਵਧੀਆ ਤਿਉਹਾਰ ਹੈ ਇਹਨੂੰ, ਜਿਸ ਤਰ੍ਹਾਂ ਅਸੀਂ ਮਨਾਇਆ ਗੋਬਿੰਦ ਗੋਧਾਮ 'ਚ, ਹਰ ਹਰ ਗੱਲ ਨੂੰ ਭੁਲਾ ਕੇ ਅੱਗੇ ਵਧੇ ਹਾਂ ਅਤੇ ਹਰ ਇਨਸਾਨ ਨੂੰ ਅੱਗੇ ਵਧੇ। ਮੈਂ ਇਹੀ ਕਹਿਣਾ ਚਾਹੂੰਗਾ ਲੋਕਾਂ ਨੂੰ, ਅੱਜ ਦੇ ਦਿਨ ਸਾਰਿਆਂ ਨੂੰ ਗੁੱਸੇ ਗਿਲੇ ਛੱਡ ਕੇ ਆਪਾਂ ਨੂੰ ਇੱਕ ਹੋਣਾ ਚਾਹੀਦਾ ਵਾ, ਆਪਣੇ ਰੰਗ ਹੀ ਸਾਰੇ ਖੁਸ਼ੀਆਂ ਦੇ ਰੰਗ ਹੈਗੇ ਆ, ਇੱਕ ਦੂਜੇ ਨੂੰ ਲਾ ਕੇ ਸਾਰੇ ਦੁੱਖ ਭੁੱਲ ਕੇ ਪਿਆਰ ਨਾਲ ਰਹਿਣਾ ਚਾਹੀਦਾ। ਤੇ ਦੂਜੀ ਗੱਲ ਇਹ ਹੈ ਵੀ ਸਾਨੂੰ ਫੈਮਲੀ ਦੇ ਵਿੱਚ ਹੋਲੀ ਕਰਨੀ ਚਾਹੀਦੀ ਹੈ, ਸੁੱਕੇ ਰੰਗ ਨਾਲ। ਅੱਜ ਕੱਲ੍ਹ ਦਾ ਮਾਹੌਲ ਇੱਦਾਂ ਨਾ, ਲੋਕੀ ਬਹੁਤ ਜਲਦੀ ਗੁੱਸਾ ਕਰਦੇ, ਇਸ ਕਰਕੇ ਸੁੱਕੇ ਰੰਗ ਨਾਲ ਖੇਡੋ ਤੇ ਸਾਰੇ ਖੁਸ਼ ਰਹਿਣ, ਤੁਸੀਂ ਖੁਸ਼ ਹੋ। ਹਰ ਸਾਲ ਦੀਵਾਲੀ ਨੂੰ ਆ ਕੇ ਹੀ ਵਧੀਆ ਇੰਜੋਏ ਹੁੰਦਾ, ਨਾਲੇ ਰਾਧਾ ਰਾਣੀ ਨਾਲ ਮਿਲ ਕੇ ਨਾਰ ਨਾਲ ਹੈਪੀ ਹੋਲੀ ਇੰਜੋਏ ਕਰੀਦਾ ਤੇ ਇੰਜੋਏ ਕਰਕੇ ਆਪਣੇ ਘਰੇ ਜਾਈਦਾ। ਅਤੇ ਹਰ ਸਾਲ ਦੇਖਿਆ ਜਾਵੇ ਫੁੱਲਾਂ ਦੀ ਹੋਲੀ ਹੁੰਦੀ ਹੈ, ਇਸ ਵਾਰ ਰੰਗ ਵੀ ਦੇਖੀ ਜਾਵੇ। ਹਾਂਜੀ, ਕਿਸ ਤਰ੍ਹਾਂ ਦਾ ਤੁਹਾਨੂੰ
ਇਸ ਵਾਰੀ ਤਾਂ ਨਹੀਂ ਅਸੀਂ ਲੇਟ ਹੋ ਗਏ ਫੁੱਲਾਂ ਦੀ ਹੋਲੀ ਨਹੀਂ ਖੇਲ ਪਾਏ ਪਰ ਇਹ ਕਿ ਰੰਗਾਂ ਦੇ ਨਾਲ ਅਸੀਂ ਖੂਬ ਇੰਜੋਏ ਕੀਤਾ ਜੀ ਇਹ ਕਿਹੜਾ ਅੱਛਾ ਲੱਗਦਾ ਫੁੱਲਾਂ ਦੀ ਹੋਲੀ ਜਾਂ ਫਿਰ ਰੰਗਾਂ ਦੀ ਹੋਲੀ ਦੋਨੇ ਜੀ ਦੋਨੇ ਬਹੁਤ ਵਧੀਆ ਲੱਗਦੇ ਆ ਫੈਮਿਲੀ ਦੇ ਨਾਲ ਫੁੱਲਾਂ ਦੀ ਹੋਲੀ ਖੇਡੀ ਜਾਂਦੀ ਮੁੰਡਿਆਂ ਨਾਲ ਰੰਗਾਂ ਦੀ ਹੋਲੀ ਖੇਡੀ ਜਾਂਦੀ ਆ ਕੁਛ ਆਪਾਂ ਦੇਖਦੇ ਆ ਸ਼ਰਾਬ ਪੀ ਕੇ ਹੁਨਰ ਬਾਜ਼ੀ ਕਰਦੇ ਤੇ ਕੁਛ ਦੇਖੋ ਆਪਣੀ ਸ਼ਰਧਾ ਅਨੁਸਾਰ ਆਪਣੇ ਗੋਲ ਆਪ ਚਾਹੁੰਦੇ ਆ ਕਿਤੇ ਮੰਦਰ ਕੋਲ ਤੇ ਜਾਂਦੇ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋ ਕਿਵੇਂ ਲੱਗਦੇ ਹੋ ਹਾਂਜੀ ਇਹ ਤਾਂ ਦੇਖੋ ਜੀ ਹਰ ਬੰਦੇ ਦੀ ਆਪਣੀ ਨੇਚਰ ਹੁੰਦੀ ਹੈ ਜੀ ਕਿੱਦਾਂ ਕਿਸੇ ਨੇ ਇੰਜੋਇਮੈਂਟ ਕਰਨੀ ਹੁੰਦੀ ਹੈ ਬਾਕੀ ਚਲੋ ਸਰਕਾਰ ਹੁਣ ਆਪਣੀ ਆਮ ਆਦਮੀ ਪਾਰਟੀ ਆਈ ਹੈ ਕੁਛ ਨਾ ਕੁਛ ਸੁਧਾਰ ਜ਼ਰੂਰ ਹੋਣਗੇ ਤੇ ਮੈਨੂੰ ਲੱਗਦਾ ਕਿ ਜ਼ਰੂਰ ਕਰਨਗੇ ਸੁਧਾਰ ਬਾਕੀ ਜੀ ਸਮਝਾਉਣਾ ਤਾਂ ਪ੍ਰਸ਼ਾਸਨ ਦਾ ਕੰਮ ਹੁੰਦਾ ਬਾਕੀ ਕੁਛ ਬੰਦੇ ਵੀ ਆਪਣੀ ਵੀ ਮਾਇੰਡ ਦੇ ਉੱਤੇ ਹੁੰਦਾ ਸੀ ਇੰਜੋਏ ਕਿਵੇਂ ਕਰਨਾ ਕਿਸੇ ਤਿਉਹਾਰ ਨੂੰ ਹਾਂਜੀ ਜਿਸ ਤਰ੍ਹਾਂ ਦੇਖਿਆ 2 ਸਾਲਾਂ ਤੱਕ ਬਿਲਕੁਲ ਜੀ ਬਿਲਕੁਲ ਸਾਰਿਆਂ ਨੂੰ ਰੱਬ ਸੇਫ ਰੱਖੇ ਲੋਕ ਅੱਛਾ ਲੱਗ ਰਿਹਾ ਗੋਬਿੰਦ ਗਾਮ ਕੇ ਅੰਦਰ ਕਾਫੀ ਪਬਲਿਕ ਹੈ ਬਹੁਤ ਅੱਛਾ ਤਿਉਹਾਰ ਮਨਾਇਆ ਜਾ ਰਿਹਾ ਦੁਸ਼ਮਣੀ ਕੋ ਖਤਮ ਕਰਨੇ ਵਾਲਾ ਤਿਉਹਾਰ ਹੈ ਆਪਸ ਮੇਂ ਏਕਤਾ ਕਾ ਤਿਉਹਾਰ ਹੈ ਐਸੇ ਮੈਂ ਆਮ ਆਦਮੀ ਪਾਰਟੀ ਜਿੱਤੀ ਹੈ ਉਸਕਾ ਇਸਮੇਂ ਬੜਾ ਯੋਗਦਾਨ ਹੈ ਉਸਕੇ ਚੱਕਰ ਮੇਂ ਹੋਲੀ ਕਾ ਬਹੁਤ ਅੱਛਾ ਤਿਉਹਾਰ ਮਨਾਇਆ ਜਾ ਰਿਹਾ ਓਕੇ ਜੈਸੇ 2 ਸਾਲ ਕੇ ਕਰੋਨਾ ਕੀ ਵਜ੍ਹਾ ਸੇ ਹੋਲੀ ਲੋਕ ਸਭ ਅੱਛੇ ਸੇ ਮਨਾਇਆ ਜਾ ਰਿਹਾ ਬਹੁਤ ਅੱਛਾ ਇੰਜੋਏ ਹੋ ਰਿਹਾ ਹੈ ਕਾਫੀ ਅੱਛਾ ਤਿਉਹਾਰ ਹੈ 2 ਸਾਲ ਬਾਅਦ ਮਨਾਇਆ ਜਾ ਰਿਹਾ ਹੈ ਕਹਿੰਦੇ ਕਰੋਨਾ ਕੀ ਆੜ ਮੇਂ ਕੰਮ ਨਹੀਂ ਆ ਪਾਏਗਾ ਯਹਾਂ ਪੇ ਇੱਕ ਤੋਂ ਆਮ ਆਦਮੀ ਪਾਰਟੀ ਜਿੱਤੇਗਾ ਉਸ ਸਮੇਂ ਇੱਕ ਹਮਾਰਾ ਪੰਜਾਬ ਆਜ਼ਾਦੀ ਕੀ ਤਰਫ ਬੜਾ ਆਈ ਹੈ ਅਗਲੇ ਦਿਨ ਹੋਲੀ ਆਈ ਹੈ ਸਭ ਸੇ ਅੱਛਾ ਲੱਗ ਰਿਹਾ ਹੈ ਬਹੁਤ ਖੁਸ਼ੀ ਹੈ ਜੈਸੇ ਹਰ ਸਾਲ ਯਹਾਂ ਪੇ ਫੂਲੋਂ ਕੀ ਹੋਲੀ ਹੋਤੀ ਹੈ ਰੰਗੋ ਕੀ ਹੋਲੀ ਆਜ਼ਾਦੀ ਕਰਕੇ ਕਿ ਆਜ਼ਾਦੀ ਕਾ ਤਿਉਹਾਰ ਆਜ਼ਾਦੀ ਮਨਾਈ ਗਈ ਹੈ ਪੰਜਾਬ ਕੇ ਅੰਦਰ 70 ਸਾਲੋਂ ਬਾਅਦ ਆਜ਼ਾਦੀ ਹੈ ਇਸ ਕਰਕੇ ਯਹਾਂ ਰੰਗੋ ਕੀ ਹੋਲੀ ਖੇਲੀ ਗਈ ਓਕੇ ਆਪ ਕੀ ਕਹਿਣਾ ਚਾਹੁੰਗੇ ਇਸ ਹੋਲੀ ਕੇ ਵੀ ਵਹੀ ਕਹਿਣਾ ਚਾਹੇਗੀ ਜੋ ਮੇਰੇ ਧਰਮ ਪਤਨੀ ਕਹਿ ਚੁੱਕੇ ਹੈ ਬਹੁਤ ਆਨੰਦ ਆਇਆ ਹੋਲੀ ਕਾ ਔਰ ਜੋ ਆਜ ਹੋਲੀ ਕਾ ਤਿਉਹਾਰ ਹੈ ਇਹ ਬਾਈ ਤਾਰੇ ਕਾ ਤਿਉਹਾਰ ਹੈ ਸਭ ਮਿਲ ਕੇ ਹੋਲੀ ਮਨਾ ਰਹੇ ਹਾਂ ਜੈ ਜੈਕਾਰ ਜੈ
ਇਨੀਸ਼ੀਏਟਿਵ ਵੀ